ਜੀ ਮਾਰ ਲਵੋ, ਲੇਕਿਨ ਤੁਹਾਡਾ ਬਰਡਸ ਬਿਮਾਰ ਹੈ, ਮੋਸ਼ਨ ਲੱਗ ਗਏ ਨੇ, ਨਸਲਾਂ, ਜ਼ੁਕਾਮ, ਕਿਸੇ ਕਿਸਮ ਦਾ ਮਸਲਾ ਹੈ, ਤੁਸੀਂ ਮੇਰੇ ਨਾਲ ਰਾਬਤਾ ਕਰੋ। ਜਿਸ ਚੀਜ਼ ਨਹੀਂ ਸਮਝ ਆ ਰਹੀ, ਸਹੀ ਰਿਜ਼ਲਟ, ਬਹੁਤ ਹੀ ਅੱਛਾ ਰਿਜ਼ਲਟ ਹੈ। ਜਿੰਨੇ ਵੀ ਤੁਹਾਡੇ ਵੀਵਰ ਨੇ ਮਾਸ਼ਾਅੱਲਾ, ਤੁਹਾਨੂੰ ਦੱਸਣਾ ਕਿ ਇਹਦਾ ਕੀ ਮਾਜਰਾ ਹੈ ਤੇ ਕੈਸਾ ਜੀ ਅਬਦੁੱਲਾ ਭਾਈ ਇਹਦੇ ਬਾਰੇ ਦੱਸੋ ਜੀ। ਮਾਸ਼ਾਅੱਲਾ ਜੀ, ਮਾਸ਼ਾਅੱਲਾ ਅਬਦੁੱਲਾ ਭਾਈ ਸਰ, ਇਹਦੇ ਬਾਰੇ ਕੁਝ ਦੱਸੋ ਕਿ ਇਹ ਕਿੰਨੇ ਦਿਨਾਂ ਦਾ ਹੈਗਾ ਤੇ ਸੋਹਣੀਆਂ ਸੋਹਣੀਆਂ ਚੀਜ਼ਾਂ ਜੇ ਉਹ ਸਾਈਜ਼ ਦੇ ਵਿੱਚ ਹੈਲਦੀ ਐਕਟਿਵ ਬੱਚੇ ਦੇਖੋ। ਮਾਸ਼ਾਅੱਲਾ ਜ਼ਬਰਦਸਤ ਜੀ, ਕੀ ਬਾਤ ਹੈ ਜੀ, ਮਾਸ਼ਾਅੱਲਾ ਜੀ ਮਾਸ਼ਾਅੱਲਾ ਬੱਚੇ ਨੇ, ਹਾਂ ਮਾਸ਼ਾਅੱਲਾ ਜੰਬੋ ਸਾਈਜ਼ ਦੇ ਵਿੱਚ ਹੈਲਦੀ ਐਕਟਿਵ, ਜ਼ਬਰਦਸਤ ਜੀ ਦੇਖੋ ਮਾਸ਼ਾਅੱਲਾ, ਕੀ ਬਾਤ ਹੈ ਜੀ। ਬਿਸਮਿਲ੍ਲਾਹ ਰਹਿਮਾਨ ਰਹੀਮ, ਅਸਲਾਮ ਵਾਲੇਕੁਮ ਦੋਸਤੋ, ਆਪਕਾ ਹੋਸਟ, ਆਪਕਾ ਦੋਸਤ ਰਾਣਾ ਜਮੀਲ ਆਪਕੀ ਖਿਦਮਤ ਮੇਂ ਹਾਜ਼ਰ ਹੈ। ਨਾਦਰ ਮਾਸ਼ਾਅੱਲਾ, ਕੈਮਰਾਮੈਨ ਕੋ ਮੈਨੇ ਕਿਹਾ ਜ਼ਰਾ ਚੀਜ਼ਾਂ ਦਿਖਾਏ ਜੀ। ਮਾਸ਼ਾਅੱਲਾ ਹਮਾਰੇ ਪਾਸ ਆਜ ਕੇ ਆ ਗਿਆ ਜੀ, ਤੇ ਪਹੁੰਚ ਚੁੱਕੇ ਹਾਂ ਨਾਜ਼ਰੀਨ ਅਸੀਂ ਅਬਦੁੱਲਾ ਭਾਈ ਦੇ ਘਰ ਤੇ, ਮਾਰਿਆ ਛਾਪਾ ਤੇ ਜਿਹੜੀਆਂ ਜਿਹੜੀਆਂ ਜ਼ਬਰਦਸਤ ਚੀਜ਼ਾਂ ਹੈਗੀਆਂ ਤੁਹਾਨੂੰ ਸਾਰੀਆਂ ਵਿਖਾਉਂਦੇ ਹਾਂ ਤੇ ਵੀਡੀਓ ਦੇ ਨਾਲ ਲੈਣਾ ਤੇ ਮਾਸ਼ਾਅੱਲਾ ਚੈੱਕ ਕਰੋ ਕਿ ਤੁਹਾਨੂੰ ਕਿੰਨੀਆਂ ਜ਼ਬਰਦਸਤ ਚੀਜ਼ਾਂ ਦਿਖਾਉਂਦੇ ਹਾਂ ਤੇ ਮਾਸ਼ਾਅੱਲਾ ਮਕਾਓ ਵੀ ਹੈਗਾ ਜੇ ਵੀਡੀਓ ਦੇ ਅੰਦਰ। ਤੇ ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਅਬਦੁੱਲਾ ਭਾਈ, ਕੀ ਹਾਲ ਜੀ? ਸ਼ੁਕਰ ਅੱਲਾ ਦਾ ਭਾਈ, ਤੁਸੀਂ ਸੁਣਾਓ? ਠੀਕ ਠਾਕ ਜੀ, ਅਲਹਮਦੁਲਿਲਾ। ਮਾਸ਼ਾਅੱਲਾ ਸਾਡੇ ਵਿਊਅਰ ਵਾਸਤੇ ਬੜੀਆਂ ਬੜੀਆਂ ਜ਼ਬਰਦਸਤ ਚੀਜ਼ਾਂ ਲੈ ਕੇ ਆਉਂਦੇ ਹੋ ਸੰਡੇ ਬਰਡਸ ਮਾਰਕੀਟ ਦੇ ਅੰਦਰ, ਤੇ ਮੈਂ ਸੋਚਿਆ ਅੱਜ ਮੈਂ ਕਿਹਾ ਯਾਰ ਗਰਮੀ ਬੜੀ ਜ਼ਿਆਦਾ, ਤੇ ਤੁਸੀਂ ਨਾ ਹਰ ਵੀਡੀਓ ਦੇ ਵਿੱਚ ਕਹਿੰਦੇ ਹੋ ਕਿ ਯਾਰ ਮਾਲ ਮੈਂ ਜ਼ਿਆਦਾ ਨਹੀਂ ਲਿਆਇਆ, ਬਕਾਇਆ ਘਰ ਪਿਆ, ਤੇ ਮੈਂ ਹਫਤੇ ਦੇ ਵਿੱਚ ਮਾਰਿਆ ਛਾਪਾ ਤੇ ਮੈਂ ਕਿਹਾ ਜ਼ਰਾ ਚੈੱਕ ਕਰੋ ਘਰ ਤੁਹਾਡੇ ਕੋਲ ਕੀ ਪਿਆ। ਮਾਸ਼ਾਅੱਲਾ ਡਾਕਟਰ ਸਾਹਿਬ ਰਣ ਸਾਹਿਬ, ਮਾਸ਼ਾਅੱਲਾ ਰੌਣਕਾਂ ਲੱਗੀਆਂ ਨੇ, ਮਾਸ਼ਾਅੱਲਾ ਹਰ ਕਿਸਮ ਦਾ ਮਾਸ਼ਾਅੱਲਾ ਆਪਣੇ ਕੋਲ ਬਰਡਸ ਅਵੇਲੇਬਲ, ਅਲਹਮਦੁਲਿਲਾ। ਮਾਸ਼ਾਅੱਲਾ ਮਾਸ਼ਾਅੱਲਾ ਜ਼ਬਰਦਸਤ ਹੋ ਗਿਆ। ਤੇ ਅਬਦੁੱਲਾ ਭਾਈ ਸਟਾਰਟ ਕਰਨੇ ਆ ਜੀ ਅਸੀਂ, ਬਿਸਮਿਲ੍ਲਾ ਕਰਕੇ, ਤੇ ਸਾਡੇ ਵੀਵਰ ਨੂੰ ਵਹਾਓ ਜੀ, ਤੇ ਕਿਹੜੀਆਂ ਕਿਹੜੀਆਂ ਚੀਜ਼ਾਂ? ਮਾਸ਼ਾਅੱਲਾ ਸਭ ਤੋਂ ਪਹਿਲੇ ਤੁਹਾਡੇ ਵੀਵਰ ਵਾਸਤੇ ਦੇਖੋ, ਯੈਲੋ ਰਿੰਗ ਨੈਕ ਦੇ ਬੱਚੇ ਦੇ, ਮਾਸ਼ਾਅੱਲਾ ਫੁੱਲ ਕਵਰ ਨੀਅਰ ਟੂ ਸੈਲਫ, ਮਾਸ਼ਾਅੱਲਾ ਜੰਬੋ ਸਾਈਜ਼ ਦੇ ਵਿੱਚ ਬਿਲਕੁਲ ਤਿਆਰ, ਫਰੈਂਡਲੀ, ਬਿਲਕੁਲ ਟੇਮ ਪੀਸ ਹੈ ਦੇਖੋ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਜਿੱਦਾਂ ਮਰਜ਼ੀ ਬੱਚੇ ਖੇਡਣ, ਵੱਡੇ ਖੇਡਣ, ਚੈੱਕ ਕਰੋ ਜ਼ਰਾ। ਮਾਸ਼ਾਅੱਲਾ ਜ਼ਬਰਦਸਤ ਜੀ। ਰਾਣਾ ਸਾਹਿਬ ਇਹਨਾਂ ਦੇ ਰੇਟ 30,000 ਰੁਪਇਆ ਪਰ ਪੀਸ ਦਾ, ਲੇਕਿਨ ਤੁਹਾਡੇ ਵੀਵਰ ਵਾਸਤੇ 1,000 ਰੁਪਇਆ ਡਿਸਕਾਊਂਟ ਦੇ ਨਾਲ 22,000 ਰੁਪਏ ਦਾ ਪੀਸ ਮਿਲ ਜਾਏਗਾ। 22,000 ਰੁਪਏ ਦਾ ਪੀਸ ਮਿਲ ਜਾਏਗਾ ਮਾਸ਼ਾਅੱਲਾ, 1,000 ਰੁਪਏ ਦਾ। ਮਾਸ਼ਾਅੱਲਾ ਜੰਬੋ ਸਾਈਜ਼ ਦੇ ਵਿੱਚ ਹੈਲਦੀ ਐਕਟਿਵ, ਬਿਲਕੁਲ ਟੇਮ ਪੀਸ, ਜ਼ਬਰਦਸਤ ਜੀ ਮਾਸ਼ਾਅੱਲਾ। ਇਹ ਉਹਨਾਂ ਦੋਸਤਾਂ ਵਾਸਤੇ ਨੇ ਜਿਹੜੇ ਕਹਿੰਦੇ ਨੇ ਕਿ ਜੀ ਸਾਨੂੰ ਟੇਮ ਚਾਹੀਦਾ, ਟੇਮ ਚਾਹੀਦਾ, ਤਾਂ ਰੋਲਾ ਹੀ ਨਬੇੜ ਦਿੱਤਾ, ਤੇ ਚੀਜ਼ਾਂ ਦਿਖਾਤੀਆਂ ਸਾਡੇ ਕੋਲ, ਛੋਟੇ ਵੀ ਚੀਜ਼ ਵੀ ਪਏ ਨੇ, ਪੀਸ ਪਏ ਨੇ, ਉਹ ਵੀ ਦਾਨੇ ਸਨਕਨੋਰ ਆ ਗਿਆ ਜੀ। ਜਿਹੜਾ ਅਨਸਾ ਮਾਸ਼ਾਅੱਲਾ ਆਪਣੇ ਕੋਈ ਇੱਕ ਪੀਸ ਹੈ ਸਨਕਨੋਰ ਦਾ, ਇਹਦਾ ਰੇਟ 13,500 ਰੁਪਇਆ, ਲੇਕਿਨ ਤੁਹਾਡੇ ਵੀਵਰ ਵਾਸਤੇ ਸਿਰਫ ਔਰ ਸਿਰਫ 13,000 ਰੁਪਏ ਦਾ ਹੋ ਜਾਏਗਾ। 13,000 ਰੁਪਏ ਦਾ ਨਾ ਜੀ ਨੋ ਹੋਈਏਗਾ, ਚੈੱਕ ਕਰ ਲਓ ਜੀ ਮਾਸ਼ਾਅੱਲਾ, ਜੰਬੋ ਸਾਈਜ਼ ਦੇ ਵਿੱਚ ਮਾਸ਼ਾਅੱਲਾ, ਬਿਲਕੁਲ ਫਰੈਂਡਲੀ, ਜ਼ਬਰਦਸਤ ਜੀ ਮਾਸ਼ਾਅੱਲਾ। ਮਾਸ਼ਾਅੱਲਾ ਜੀ, ਕੀ ਆਪਣੇ ਕੋਲ ਮਾਸ਼ਾਅੱਲਾ ਯੈਲੋ ਰਿੰਗ ਨਗਰ ਦਾ ਛੋਟੇ ਪੀਸ ਅਵੇਲੇਬਲ ਨੇ? ਰਾਣਾ ਸਾਹਿਬ ਇਹਨਾਂ ਦੇ ਰੇਟ 17,000 ਰੁਪਇਆ, 17,000 ਰੁਪਇਆ, ਲੇਕਿਨ ਤੁਹਾਡੇ ਵੀਵਰਾਂ ਵਾਸਤੇ ਸੇਲ ਲਗਾਤੀ ਹੈ, ਸਿਰਫ ਔਰ ਸਿਰਫ 16,000 ਰੁਪਏ ਦਾ ਪੀਸ ਮਿਲੇਗਾ। 16,000 ਰੁਪਏ ਦਾ ਮਿਲੇਗਾ, ਸਿਰਫ 16,000। ਨਜ਼ਦੀਕ ਤੋਂ ਦਿਖਾ ਦਿਓ ਮਾਸ਼ਾਅੱਲਾ ਕਿੱਡੀਆਂ ਜ਼ਬਰਦਸਤ ਚੀਜ਼ਾਂ ਤੇ ਸੋਹਣੀਆਂ ਸੋਹਣੀਆਂ ਚੀਜ਼ਾਂ ਜੇ, ਉਹ ਸਾਈਜ਼ ਦੇ ਵਿੱਚ ਹੈਲਦੀ ਐਕਟਿਵ ਬੱਚੇ ਦੇਖੋ। ਮਾਸ਼ਾਅੱਲਾ ਜ਼ਬਰਦਸਤ ਜੀ, ਕੀ ਬਾਤ ਹੈ ਜੀ, ਮਾਸ਼ਾਅੱਲਾ ਜੀ ਮਾਸ਼ਾਅੱਲਾ, ਬਹੁਤ ਅੱਛਾ। ਔਰ ਇਸ ਤੋਂ ਇਲਾਵਾ ਮਾਸ਼ਾਅੱਲਾ ਆਪਣੇ ਕੋਲ ਰਾਣਾ ਸਾਹਿਬ ਇੱਕ ਸੈਲਫ ਪੀਸ ਜੇ, ਬਿਲਕੁਲ ਟੇਮ ਪੀਸ ਹੈ ਸਨਕਨੋਰ ਦਾ, ਅੱਛਾ, ਇਹਦਾ ਰੇਟ ਹੈ ਰਾਣਾ ਸਾਹਿਬ 18,000 ਰੁਪਇਆ, ਸੋਰੀ 19,000 ਰੁਪਇਆ, ਲੇਕਿਨ ਤੁਹਾਡੇ ਵੀਵਰ ਵਾਸਤੇ ਸਿਰਫ ਔਰ ਸਿਰਫ 18,000 ਰੁਪਏ ਦਾ ਮਿਲ ਜਾਏਗਾ। 18,000 ਮਾਸ਼ਾਅੱਲਾ, ਬਿਲਕੁਲ ਟੇਮ, ਫਰੈਂਡਲੀ, ਦੇਖੋ ਜ਼ਰਾ ਮਾਸ਼ਾਅੱਲਾ, ਲਓ ਜੀ ਮਜ਼ੇਦਾਰ ਪੀਸ ਜੀ। ਔਰ ਇਸ ਤੋਂ ਇਲਾਵਾ ਰਾਣਾ ਸਾਹਿਬ ਮਾਸ਼ਾਅੱਲਾ ਆਪਣੇ ਕੋਲ ਕਸ਼ਮੀਰੀ ਰਾਹ ਦੇ ਬੱਚੇ ਨੇ, ਮਾਸ਼ਾਅੱਲਾ ਜੰਬੋ ਸਾਈਜ਼ ਦੇ ਵਿੱਚ ਹੈਲਦੀ ਐਕਟਿਵ, ਜ਼ਬਰਦਸਤ ਜੀ, ਦੇਖੋ ਮਾਸ਼ਾਅੱਲਾ, ਕੀ ਬਾਤ ਹੈ ਜੀ, ਦੇਖੋ ਜੀ ਮਾਸ਼ਾਅੱਲਾ, ਬਿਲਕੁਲ ਟੇਮ, ਫਰੈਂਡਲੀ। ਰਾਣਾ ਸਾਹਿਬ ਇਹਨਾਂ ਦੇ ਰੇਟ 15,000 ਰੁਪਇਆ, ਲੇਕਿਨ ਤੁਹਾਡੇ ਵੀਵਰ ਵਾਸਤੇ ਸਿਰਫ ਔਰ ਸਿਰਫ 1,000 ਰੁਪਇਆ ਡਿਸਕਾਊਂਟ ਦੇ ਨਾਲ 14,000 ਰੁਪਏ ਦਾ ਪੀਸ ਮਿਲ ਜਾਏਗਾ। 14,000 ਰੁਪਏ ਦਾ ਮਿਲ ਜਾਏਗਾ, ਸਿਰਫ 14,000 ਰੁਪਏ ਦਾ। ਮਾਸ਼ਾਅੱਲਾ ਸਾਈਜ਼ ਚੈੱਕ ਕਰੋ, ਬੱਚੇ ਦੀ ਗਰੋਥ ਚੈੱਕ ਕਰੋ, ਮਾਸ਼ਾਅੱਲਾ ਜੰਬੋ ਸਾਈਜ਼ ਦੇ ਵਿੱਚ ਬੱਚੇ। ਬਿਲਕੁਲ ਜੀ ਬਿਲਕੁਲ ਮਾਸ਼ਾਅੱਲਾ ਜੀ, ਚੀਜ਼ਾਂ ਤੁਸੀਂ ਦੇਖ ਸਕਦੇ ਨਾਜ਼ਰੀਨ, ਮਜ਼ਾ ਆ ਰਿਹਾ। ਤੇ ਔਰ ਇਸ ਤੋਂ ਇਲਾਵਾ ਰਾਣਾ ਸਾਹਿਬ ਆਪਣੇ ਕੋਲ ਮਾਸ਼ਾਅੱਲਾ ਪਏ ਨੇ ਅਫਰੀਕਨ ਗ੍ਰੇ ਦੇ ਬੱਚੇ ਨੇ, ਮਾਸ਼ਾਅੱਲਾ ਬਿਲਕੁਲ ਟੇਮ, ਫਰੈਂਡਲੀ, ਜੰਬੋ ਸਾਈਜ਼ ਦੇ ਵਿੱਚ ਮਾਸ਼ਾਅੱਲਾ, ਬਿਲਕੁਲ ਬਾਈਟ ਨਹੀਂ ਕਰਦੇ, ਚੈੱਕ ਕਰੋ ਜ਼ਰਾ ਮਾਸ਼ਾਅੱਲਾ, ਦੇਖੋ ਜ਼ਰਾ ਮਾਸ਼ਾਅੱਲਾ ਸਾਈਜ਼ ਚੈੱਕ ਕਰੋ ਬੱਚੇ ਦਾ, ਮਾਸ਼ਾਅੱਲਾ ਗਰੋਥ ਚੈੱਕ ਕਰੋ,
ਨੀਟ ਐਂਡ ਕਲੀਨ ਪੀਸ ਨੇ ਮਾਸ਼ਾਅੱਲਾ ਜ਼ਬਰਦਸਤ ਹੋ ਗਿਆ ਜੀ ਮਾਸ਼ਾਅੱਲਾ। ਰਾਣਾ ਸਾਹਿਬ ਇਹਦਾ ਰੇਟ 'ਚ 85,000 ਰੁਪਇਆ, ਲੇਕਿਨ ਤੁਹਾਡੇ ਵਿਊਅਰ ਵਾਸਤੇ ਇੱਕ 1,000 ਰੁਪਇਆ ਡਿਸਕਾਊਂਟ ਨਹੀਂ ਕਰਨਾ, 2 ਨਹੀਂ 3 ਨਹੀਂ, ਇਕੱਠਾ 5,000 ਰੁਪਇਆ ਡਿਸਕਾਊਂਟ ਹੋਏਗਾ ਪਰ ਪੀਸ 'ਤੇ। ਜ਼ਬਰਦਸਤ ਜੀ ਮਾਸ਼ਾਅੱਲਾ, 1,000 ਰੁਪਇਆ ਡਿਸਕਾਊਂਟ ਦੇ ਨਾਲ ਫਾਈਨਲ 80,000 ਰੁਪਏ ਦਾ ਪੀਸ ਮਿਲ ਜਾਏਗਾ। ਜ਼ਬਰਦਸਤ ਮਾਸ਼ਾਅੱਲਾ, ਆਪਣੇ ਕੋਲ ਸਟੋਕ ਅਵੇਲੇਬਲ ਹੈ, ਇਸ ਤੋਂ ਇਲਾਵਾ ਵੀ ਬੱਚੇ ਘਰ ਮਾਸ਼ਾਅੱਲਾ ਅਵੇਲੇਬਲ ਨੇ। ਕਿਆ ਬਾਤ ਹੈ। ਅਤੇ ਨਾਜ਼ਰੀਨ ਤੁਸੀਂ ਸੋਚ ਰਹੇ ਹੋਗੇ ਕਿ ਰਾਣਾ ਸਾਹਿਬ ਦੇ ਹੱਥ ਦੇ ਅੰਦਰ ਮਕਾਓ ਹੈ, ਇਹ ਬੇਬੀ ਮਕਾਓ ਜੀ, ਠੀਕ ਹੋ ਗਿਆ ਮਾਸ਼ਾਅੱਲਾ। ਹਈਏ ਦਾ ਸਾਈਜ਼ ਦੇਖ ਸਕਦੇ ਹੋ, ਪਰਾਂ ਦੀ ਸ਼ਾਈਨ ਦੇਖ ਸਕਦੇ ਹੋ ਕਿ ਕੀ ਚੀਜ਼ ਜੇ। ਇਹਦਾ ਮੈਨੂੰ ਪਿੰਜਰੇ 'ਤੇ ਰੱਖਣਾ ਅਤੇ ਇਹਦਾ ਦਾ ਦੀਦਾਰ ਕਰੋ ਜ਼ਰਾ ਕਿ ਕੈਸਾ ਪਿਆਰਾ ਪੀਸ ਜੇ। ਇਹਨੂੰ ਮੈਂ ਰੱਖ ਦੇਣਾ ਇੱਥੇ ਅਤੇ ਤੁਸੀਂ ਚੈੱਕ ਕਰੋ ਇਹਦੀ ਖੂਬਸੂਰਤੀ ਦੇਖੋ, ਅਤੇ ਇਹਦਾ ਵੀ ਤੁਹਾਨੂੰ ਦੱਸਣਾ ਕਿ ਇਹਦਾ ਕੀ ਮਾਜਰਾ ਹੈ ਅਤੇ ਕੈਸਾ ਜੀ। ਅਬਦੁੱਲਾ ਭਾਈ ਇਹਦੇ ਬਾਰੇ ਦੱਸੋ ਜੀ ਮਾਸ਼ਾਅੱਲਾ। ਜੀ ਰਾਣਾ ਸਾਹਿਬ ਮਾਸ਼ਾਅੱਲਾ, ਤੁਹਾਡੇ ਬਹੁਤ ਹੀ ਪਿਆਰੇ ਵੀਵਰ ਨੇ, ਆਪਣੇ ਬਾਈ ਨੇ ਚੁੰਗੀ ਅੰਮ੍ਰਿਤਸਰ ਤੋਂ ਗੱਜੂ ਮੱਤਾ ਤੋਂ, ਉਹਨਾਂ ਨੇ ਮਾਸ਼ਾਅੱਲਾ ਆਪਣੇ ਕੋਲ ਪਰਚੇਜ਼ ਕਰ ਲਿਆ, ਠੀਕ ਹੋ ਗਿਆ, ਉਹਨਾਂ ਦੀ ਪੇਮੈਂਟ ਆ ਗਈ ਹੈ ਮਾਸ਼ਾਅੱਲਾ। ਉਹ ਕਹਿ ਰਹੇ ਕਿ 3 ਤੋਂ 4 ਦਿਨ ਤੱਕ ਇਨਸ਼ਾਅੱਲਾ ਅਸੀਂ ਤੁਹਾਡੇ ਕੋਲ ਰਿਸੀਵ ਕਰਨਾ। ਨਾਮ ਦੱਸੋ ਜੀ ਉਹਨਾਂ ਦਾ। ਉਹਨਾਂ ਦਾ ਨਾਮ ਜੇ ਜ਼ਹੀਰ ਭਾਈ ਨੇ, ਜ਼ਹੀਰ ਭਾਈ ਨੇ ਮਾਸ਼ਾਅੱਲਾ। ਜ਼ਹੀਰ ਭਾਈ ਲਵ ਯੂ ਹੋ ਗਿਆ ਮਾਸ਼ਾਅੱਲਾ ਜੀ, ਤੇ ਰਾਣਾ ਸਾਹਿਬ ਨੂੰ ਮੇਰਾ ਜ਼ਰੂਰ ਸਲਾਮ ਕਹਿਣਾ। ਮੈਂ ਕਹਿੰਦਾ ਰਾਣਾ ਸਾਹਿਬ ਆ ਰਹੇ ਨੇ, ਤੁਹਾਡਾ ਜ਼ਰੂਰ ਸਲਾਮ ਕਰਾਂਗੇ ਇਨਸ਼ਾਅੱਲਾ। ਤੇ ਜ਼ਹੀਰ ਭਾਈ ਅੱਲਾਹ ਤਾਲਾ ਤੁਹਾਨੂੰ ਮੁਬਾਰਕ ਕਰੇ ਮਾਸ਼ਾਅੱਲਾ, ਤੇ ਬਹੁਤ ਪਿਆਰੀ ਚੀਜ਼ ਤੁਸੀਂ ਲਿੱਤੀ ਹੈ। ਤੇ ਅਬਦੁੱਲਾ ਭਾਈ ਜ਼ਰਾ ਇਹਦੇ ਬਾਰੇ ਕੁਛ ਦੱਸੋ ਕਿ ਇਹ ਕਿੰਨੇ ਦਿਨਾਂ ਦਾ ਹੈਗਾ ਤੇ ਇਹ ਬੱਚਾ ਹੈ ਵੱਡਾ ਹੈ ਕੀ? ਜੀ ਰਾਣਾ ਸਾਹਿਬ ਤਕਰੀਬਨ ਹੈ ਜੇ 3 ਮਹੀਨੇ ਦਾ। 3 ਮਹੀਨੇ ਦਾ ਪੀਸ ਹੈ। ਤੇ ਸਾਈਜ਼ ਨਾਜ਼ਰੀਨ ਜ਼ਰਾ ਚੈੱਕ ਕਰ ਲਿਓ, ਜੰਬੋ ਸਾਈਜ਼ ਦੇ ਵਿੱਚ ਹੈਲਦੀ ਐਕਟਿਵ। ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ ਹੈ। ਉਹਨਾਂ ਨੇ ਮਾਸ਼ਾਅੱਲਾ ਪਹਿਲੀ ਬੇਬੀ ਲਏ ਸੀ ਸਾਡੇ ਕੋਲ, ਲੇਕਿਨ ਉਹ ਛੋਟੇ ਲਏ ਸੀ ਕੋਈ ਹਾਫ ਕਵਰ ਟਾਈਪ, ਲੇਕਿਨ ਉਹ ਕਿਤੇ ਚਲੇ ਗਏ ਸੀ। ਕਹਿ ਰਹੇ ਕਿ ਯਾਰ ਸਾਨੂੰ ਤੁਸੀਂ ਤਿਆਰ ਕਰਕੇ ਦੇਣਾ। ਬਿਲਕੁਲ ਤਿਆਰ ਕਰਕੇ, ਠੀਕ ਕਹਿ ਰਹੇ ਸੀ, ਠੀਕ ਹੋ ਗਿਆ, ਜ਼ਬਰਦਸਤ ਹੋ ਗਿਆ। ਤੇ ਅਬਦੁੱਲਾ ਭਾਈ ਤੁਸੀਂ ਇਹਨਾਂ ਨੂੰ ਕਿਹੜੀ ਫੀਡ ਦੇ ਰਹੇ ਹੋ? ਫੀਡ ਦਾ ਤੁਹਾਨੂੰ ਪਤਾ ਅਗਲੇ ਦਿਨ ਮਸਲਾ ਆ ਰਿਹਾ ਸੀ। ਜੀ ਜੀ ਰਾਣਾ ਸਾਹਿਬ, ਤੁਹਾਨੂੰ ਪਤਾ ਕਿ ਕੁਆਲਿਟੀ ਦੇ ਕੰਮ ਕਰਨ ਵਾਲੇ ਬੰਦੇ ਆ। ਅਲਹਮਦੁਲਿਲਾ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਕੇਟੀ ਹਾਈ ਫੈਟ ਹੀ ਮੈਂ ਫੀਡ ਕਰਵਾ ਰਿਹਾ ਜੀ। ਠੀਕ ਹੋ ਗਿਆ ਮਾਸ਼ਾਅੱਲਾ, ਮਾਸ਼ਾਅੱਲਾ ਬਹੁਤ ਹੀ ਅੱਛਾ ਰਿਜ਼ਲਟ ਹੈ, ਬਹੁਤ ਹੀ ਅੱਛਾ ਰਿਜ਼ਲਟ ਹੈ। ਜ਼ਬਰਦਸਤ। ਜਿੰਨੇ ਵੀ ਤੁਹਾਡੇ ਵੀਵਰ ਨੇ ਮਾਸ਼ਾਅੱਲਾ ਪਹਿਲੇ ਬਰਡਸ ਕਾਰਗੋ ਕਰਵਾ ਰਹੀ ਸੀ, ਲੇਕਿਨ ਮਾਸ਼ਾਅੱਲਾ ਹੁਣ ਬਰਡਸ ਇਸ਼ੂ ਆ ਰਹੇ ਨੇ ਫੀਡ 2 ਨੰਬਰ ਦੇ, ਲੇਕਿਨ ਹੁਣ ਫੀਡ ਵੀ ਕਾਰਗੋ ਕਰਵਾ ਰਹੇ ਅਲਹਮਦੁਲਿਲਾ, ਹੁਣ ਬਰਡਸ ਦੇ ਨਾਲ ਦਾ ਫੀਡ ਵੀ ਮੰਗਵਾ ਰਹੇ ਨੇ। ਕਿਆ ਬਾਤ ਹੈ ਜੀ। ਤੇ ਮਕਾਓ ਦੇ ਅਗਰ ਮੇਰਾ ਕੋਈ ਦੋਸਤ ਹੋਰ ਲੈਣਾ ਚਾਹਣਗੇ ਤੇ ਬੱਚੇ ਮਿਲ ਜਾਣਗੇ? ਜੀ ਇਨਸ਼ਾਅੱਲਾ ਮਿਲ ਜਾਣਗੇ, ਇਨਸ਼ਾਅੱਲਾ ਮਿਲਣਗੇ। ਮੈਨੂੰ ਇਹ ਦੱਸੋ ਕਿ ਲੋਕਾਂ ਨੂੰ ਜਿਹੜੇ ਮਸਲੇ ਮਸਾਇਲ ਆ ਰਹੇ ਨੇ, ਤੇ ਕਿੰਨਾ ਕੁ ਲੋਕ ਤੁਹਾਡੇ ਨਾਲ ਤਾਵਨ ਕਰਦੇ ਨੇ ਜਾਂ ਤੁਸੀਂ ਲੋਕਾਂ ਨਾਲ ਕੀ ਤਾਵਨ ਕਰਦੇ? ਰਾਣਾ ਸਾਹਿਬ ਦੇਖੋ ਇਨਸ਼ਾਅੱਲਾ ਅਸੀਂ ਲੋਕਾਂ ਨਾਲ ਬਹੁਤ ਜ਼ਿਆਦਾ ਤਾਵਨ ਕਰੀਦਾ, ਇਨਸ਼ਾਅੱਲਾ ਜਿੰਨਾ ਹੋ ਸਕੇ ਉਸ ਤੋਂ ਜ਼ਿਆਦਾ ਕਰੀਦਾ। ਮਾਸ਼ਾਅੱਲਾ ਤੁਹਾਡੇ ਮਾਸ਼ਾਅੱਲਾ ਬਹੁਤ ਹੀ ਪਿਆਰੇ ਵੀਵਰ ਨੇ, ਮਾਸ਼ਾਅੱਲਾ ਵਸੀਮ ਭਾਈ ਨੇ ਸ਼ੇਖਪੁਰਾ ਤੋਂ, ਉਹਨਾਂ ਨੇ ਕਿਸੇ ਕੋਲ ਬਰਡਸ ਲਏ ਸੀ 4 ਤੋਂ 5 ਪੀਸ ਸੀ ਰਾਹ ਦੇ, ਯੈਲੋ ਰਿੰਗ ਨੈਕ, ਉਹਨਾਂ ਨੇ ਮਿਕਸ ਬੱਚਾ ਚੁੱਕਿਆ ਸੀ ਛੋਟਾ, ਉਹਨਾਂ ਨੇ ਤਕਰੀਬਨ ਨੀਅਰ ਟੂ ਸੈਲਫ ਹੋ ਗਏ। ਉਹ ਵਿੱਚੋਂ ਬਿਮਾਰ ਬੱਚੇ, ਉਹਨਾਂ ਨੂੰ ਕੁਛ ਮਿਲ ਗਏ, ਉਹਨਾਂ ਵਿਚਾਰਿਆਂ ਨੂੰ ਸਮਝ ਹੀ ਕੁਛ ਨਾ ਆਵੇ ਯਾਰ ਕੀ ਕਰਨਾ ਕੀ ਨਹੀਂ ਕਰਨਾ। ਕਈ ਪੀਸਾਂ ਨੂੰ ਮੋਸ਼ਨ ਸੀ, ਕਈਆਂ ਨੂੰ ਨਜ਼ਰਾ ਜ਼ੁਕਾਮ ਸੀ, ਕਈਆਂ ਨੂੰ ਕੋਈ ਸੀ ਕੁਛ ਮਸਲਾ ਹੈ ਸੀ, ਲੇਕਿਨ ਉਹਨਾਂ ਨੇ ਮੇਰੇ ਨਾਲ ਰਾਬਤਾ ਕੀਤਾ, ਕਹਿੰਦੇ ਅਬਦੁੱਲਾ ਬਈ ਮਾਸ਼ਾਅੱਲਾ ਤੁਹਾਡੀ ਬਹੁਤ ਜ਼ਿਆਦਾ ਵੀਡੀਓ ਦੇਖੀਆਂ ਨੇ ਰਾਣਾ ਸਾਹਿਬ ਦੇ ਚੈਨਲ 'ਤੇ, ਹਾਲਾਂਕਿ ਹੋਰ ਵੀ ਕਾਫੀ ਬੰਦੇ ਨੇ, ਲੇਕਿਨ ਉਹਨਾਂ ਨੇ ਮੇਰੇ ਨਾਲ ਰਾਬਤਾ ਕੀਤਾ ਮਾਸ਼ਾਅੱਲਾ ਜੀ, ਅਤੇ ਮੈਂ ਇਨਸ਼ਾਅੱਲਾ ਉਹਨਾਂ ਨੂੰ ਫਿਰ ਪ੍ਰੋਪਰ ਗਾਈਡ ਕੀਤਾ ਜੀ। ਮਜ਼ੀਦ ਮੈਂ ਇੱਕ ਦਫ਼ਾ ਉਹਨਾਂ ਦੇ ਕੋਲ ਗਿਆ ਵਾਂ, ਜਾ ਕੇ ਵਿਜ਼ਿਟ ਕੀਤਾ ਹੈ ਮਾਸ਼ਾਅੱਲਾ, ਬਿਲਕੁਲ ਪਹਿਲੇ 2-3 ਪੀਸ ਐਕਸਪਾਇਰ ਹੋਏ ਨੇ, ਲੇਕਿਨ ਜੋ ਮੇਰੇ ਨਾਲ ਰਾਬਤਾ ਕੀਤਾ ਅਲਹਮਦੁਲਿਲਾ ਸਾਰੇ ਬੱਚੇ ਆਪਣੇ ਪੈਰਾਂ ਦੇ ਮੈਂ ਖੜੇ ਕੀਤੇ ਨੇ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਅੱਗੇ ਪਏ ਸੀ ਸਮਝੋ ਕਿ ਲਾਸਟ ਸਟੇਜ 'ਤੇ ਸੀ, ਲੇਕਿਨ ਅਲਹਮਦੁਲਿਲਾ ਮੈਂ ਟ੍ਰੀਟਮੈਂਟ ਕੀਤਾ, ਉਹਨਾਂ ਨੂੰ ਅੱਛੇ ਤਰੀਕੇ ਨਾਲ ਗਾਈਡ ਕੀਤਾ ਹੈ, ਉਹ ਅੱਜ ਵੀ ਯਕੀਨ ਕਰੋ ਬਹੁਤ ਦੁਆਵਾਂ ਦਿੰਦੇ ਨੇ। ਬਿਲਕੁਲ ਇਹ ਦੇਖੋ ਅਬਦੁੱਲਾ ਭਾਈ, ਇਹ ਸਦਕਾ ਹੀ ਜਾ ਰਹੀ ਹੈ, ਠੀਕ ਹੋ ਗਿਆ, ਇਹ ਮਾਸੂਮਾਂ ਦੀ ਅਸੀਂ ਜਾਨ ਬਚਾਉਣੀ ਹੈ, ਠੀਕ ਹੋ ਗਿਆ, ਜਿੰਨਾ ਮੇਰੇ ਭਰਾਵਾਂ ਨੂੰ ਸ਼ੋਕ ਹੈ ਕਿ ਯਾਰ ਅਸੀਂ ਰੱਖਣਾ ਚਾਹੁੰਦੇ ਹਾਂ, ਅਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਯਾਰ ਅਸੀਂ ਉਹਨੂੰ ਅੱਛਾ ਤੋਂ ਅੱਛਾ ਗਾਈਡ ਕਰੇ, ਅਤੇ ਮਾਸ਼ਾਅੱਲਾ ਜਿਹੜੇ ਤੁਹਾਡੇ ਕੋਲ ਬਰਡਸ ਹੈਗੇ ਨੇ, ਇਹ ਪਤਾ ਚੱਲ ਰਿਹਾ ਕਿ ਯਾਰ ਬਰਡਸ ਨੇ। ਨਾਜ਼ਰੀਨ ਦੇਖੋ ਮਾਸ਼ਾਅੱਲਾ ਜੰਬੋ ਸਾਈਜ਼ ਦੇ ਵਿੱਚ ਰਾਣਾ ਸਾਹਿਬ, ਮਾਸ਼ਾਅੱਲਾ ਬੱਚੇ ਦਾ ਸਾਈਜ਼ ਚੈੱਕ ਕਰੋ, ਗਰੋਥ ਚੈੱਕ ਕਰੋ, ਮਾਸ਼ਾਅੱਲਾ ਸਾਰੇ ਬੱਚੇ ਜੰਬੋ ਸਾਈਜ਼ ਦੇ ਵਿੱਚ, ਵੀਕ ਤੁਹਾਨੂੰ ਇੱਕ ਬੱਚਾ ਨਹੀਂ ਨਜ਼ਰ ਆਏਗਾ ਇਨਸ਼ਾਅੱਲਾ। ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ ਜੀ ਮਾਸ਼ਾਅੱਲਾ ਮਾਸ਼ਾਅੱਲਾ। ਰਾਣਾ ਸਾਹਿਬ ਫੁੱਲ ਸਰਦੀ ਦੇ ਵਿੱਚ ਨਾ
ਦਸੰਬਰ ਦੇ ਵਿੱਚ ਤੁਹਾਡੇ ਵੀਵਰ ਸੀ ਇੱਕ, ਉਹ ਸੀ ਜੋਹਰ ਤੋਂ ਰਹਿ ਰਹੇ ਨੇ, ਉਹ ਅਫਰੀਕਨ ਗਰੀਬ ਦਾ ਬੱਚਾ ਲੈ ਕੇ ਗਏ ਨੇ ਮੇਰੇ ਕੋਲ, ਰਾਤ ਨੂੰ ਫੀਡ ਕਰਵਾ ਰਹੇ ਨੇ, ਲੇਕਿਨ ਉਹਦੇ ਗਲੇ ਦੇ ਅੰਦਰ ਪਾਈਪ ਚਲਾ ਗਿਆ। ਉਹਨਾਂ ਵਿਚਾਰਿਆਂ ਨੂੰ ਸਮਝ ਕੁਛ ਨਾ ਆਵੇ, ਰਾਤ ਦੇ ਰਾਣਾ ਸਾਹਿਬ 12 ਵਜੇ ਦਾ ਟਾਈਮ ਸੀ, ਉਹਨਾਂ ਨੇ ਫੀਡ ਕਰਵਾਉਣੀ ਸੀ, 10 ਵਜੇ ਮੇਰੇ ਕੋਲ ਲੈ ਕੇ ਗਏ ਨੇ, ਕਹਿੰਦੇ ਕਿ ਅਸੀਂ ਫੀਡ ਕਰਵਾ ਲਾਂਗੇ, ਲੇਕਿਨ ਉਹ ਲੈ ਕੇ ਗਏ ਨੇ, ਉਹਨਾਂ ਕੋਲ ਰਾਣਾ ਸਾਹਿਬ ਫੀਡ ਹੀ ਨਹੀਂ ਹੋਈ ਅੱਛੇ ਤਰੀਕੇ ਦੇ ਨਾਲ, ਪਾਈਪ ਅੰਦਰ ਚਲਾ ਗਿਆ, ਕਰੋਪ ਦੇ ਅੰਦਰ ਪਾਈਪ ਚਲਾ ਗਿਆ। ਉਹਨਾਂ ਨੇ ਮੈਨੂੰ ਕਾਲ ਕੀਤੀ, ਮੈਂ ਤਾਂ ਸੋ ਗਿਆ ਸੀ, ਲੇਕਿਨ ਮੈਨੂੰ ਪਤਾ ਚੱਲਿਆ, ਯਕੀਨ ਕਰੋ ਮੈਂ ਫਿਰ ਬਾਈ ਪਕੜੀ ਹੈ, ਜੈਕਟ ਮੇਰੇ ਕੋਲ ਥੋੜ੍ਹੀ ਜਿਹੀ, ਮੈਂ ਚਾਦਰ ਵਗੈਰਾ ਕੋਈ ਚੱਕਣ ਨਹੀਂ, ਸਿਰਫ ਜੈਕਟ ਸੀ। ਮਿਸ਼ਨ ਸ਼ੁਰੂ, ਮਿਸ਼ਨ ਸ਼ੁਰੂ, ਮੈਂ ਜੋਹਰ ਟੋਂ ਚਲੇ ਗਿਆ ਅਲਹਮਦੁਲਿਲਾ। ਮੈਂ ਜਾ ਕੇ ਗਲੇ ਚੋਂ ਪਾਈਪ ਕੱਢ ਕੇ ਅੱਛੇ ਤਰੀਕੇ ਨਾਲ, ਮਾਸ਼ਾਅੱਲਾ ਬਿਲਕੁਲ ਸੇਫ ਤਰੀਕੇ ਨਾਲ, ਕਰੋਪ ਟੱਕ ਵੀ ਨਹੀਂ ਦਿੱਤਾ, ਕੱਟਿਆ ਵਗੈਰਾ ਬਿਲਕੁਲ ਕੋਈ ਨਹੀਂ, ਮਾਸ਼ਾਅੱਲਾ ਉਦਾਂ ਹੀ ਬਿਲਕੁਲ ਸੇਫ ਤਰੀਕੇ ਦੇ ਨਾਲ ਪਾਈਪ ਕੱਢ ਕੇ ਅੱਛੀ ਤਰ੍ਹਾਂ ਮੈਂ ਸਰੀਨ ਤਿਆਰ ਕੀਤੀ, ਪਾਈਪ ਲਗਾ ਕੇ ਮਾਸ਼ਾਅੱਲਾ ਆਪਣੇ ਹੱਥਾਂ ਨਾਲ ਫੀਡ ਬਣਾ ਕੇ ਤਿਆਰ ਕਰਕੇ ਮਾਸ਼ਾਅੱਲਾ ਕਰਵਾ ਕੇ ਫਿਰ ਮੈਂ ਰਾਤੀ 2 ਵਜੇ ਘਰ ਆਇਆ ਜੀ। ਮਾਸ਼ਾਅੱਲਾ 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 ਅਬਦੁੱਲਾ ਭਾਈ, ਇਹਦਾ ਅਜਰ ਕੋਈ ਬੰਦਾ ਤੁਹਾਨੂੰ ਨਹੀਂ ਦੇਗਾ, ਇਹ ਸਦਕਾ ਜਾਰੀ ਹੈ। ਸਰ ਬੰਦੇ ਕੰਪਲੇਨ ਕਰਦੇ ਨੇ ਕਿ ਯਾਰ ਜਿੰਨਾ ਕੁਛ ਅਸੀਂ ਬਰਡਸ ਲੈ ਕੇ ਆਈਦਾ ਹੈ, ਠੀਕ ਹੈ, ਉਹ ਬੰਦੇ ਕੀ ਕਰਦੇ ਨੇ, ਦੂਸਰੀ ਕਾਲ ਨਹੀਂ ਅਟੈਂਡ ਕਰਦੇ। ਅੱਛਾ, ਲੋਕ ਕਹਿੰਦੇ ਯਾਰ ਅਸੀਂ ਫੀਡ ਦਾ ਪੁੱਛਣਾ, ਫੀਡ ਕਿੱਦਾਂ ਕਰਵਾਈ ਦੀ ਹੈ, ਬਰਡ ਨੂੰ ਰੱਖਣਾ ਕਿੱਦਾਂ, ਸੰਭਾਲਣਾ ਕਿੱਦਾਂ, ਲੇਕਿਨ ਲੋਕ ਗੱਲ ਹੀ ਨਹੀਂ ਸੁਣਦੇ, ਲੋਕੀ ਨਹੀਂ ਸੁਣਦੇ ਜੀ, ਨਹੀਂ ਸੁਣਦੇ ਮਾਲ ਦੇ। ਲੇਕਿਨ ਰਾਣਾ ਸਾਹਿਬ ਮੈਂ ਇਸ ਚੀਜ਼ ਨੂੰ ਕਦੀ ਨਹੀਂ ਦੇਖਿਆ, ਮੈਂ ਕਹਿੰਦਾ ਜਿੱਥੋਂ ਮਰਜ਼ੀ ਮਾਲ ਲਵੋ, ਲੇਕਿਨ ਤੁਹਾਡਾ ਬਰਡਸ ਬਿਮਾਰ ਹੈ, ਮੋਸ਼ਨ ਲੱਗ ਗਏ ਨੇ, ਨਸਲਾਂ ਜ਼ੁਕਾਮ ਕਿਸੇ ਕਿਸਮ ਦਾ ਮਸਲਾ ਹੈ, ਤੁਸੀਂ ਮੇਰੇ ਨਾਲ ਰਾਬਤਾ ਕਰੋ ਜੇ ਚੀਜ਼ ਨਹੀਂ ਸਮਝ ਆ ਰਹੀ। ਸਹੀ ਹੋ ਗਿਆ, ਮੈਂ ਇਨਸ਼ਾਅੱਲਾ ਅੱਛੇ ਤਰੀਕੇ ਨਾਲ ਪ੍ਰੋਪਰ ਦੋਸਤਾਂ ਨੂੰ ਗਾਈਡ ਕਰਾਂਗਾ, ਇਨਸ਼ਾਅੱਲਾ ਜੋ ਮੇਰੇ ਨੌਲੇਜ ਹੋਇਆ, ਮੈਂ ਇਨਸ਼ਾਅੱਲਾ ਆਪਣੇ ਨੌਲੇਜ ਦੇ ਮੁਤਾਬਿਕ ਪੂਰਾ ਇਨਸ਼ਾਅੱਲਾ ਗਾਈਡ ਕਰਾਂਗਾ ਦੋਸਤਾਂ ਨੂੰ। ਨਾਜ਼ਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹ ਰਿਹਾ ਸਾਂ, ਇਹ ਤੇ ਦੇਖਣ ਤੇ ਮੈਂ ਡਿਆ ਸਾਂ ਬੜੀ ਦੇਰ ਦਾ। ਅਬਦੁੱਲਾ ਭਾਈ, ਤੁਸੀਂ ਮਾਸ਼ਾਅੱਲਾ ਬੱਚਿਆਂ ਵਾਸਤੇ ਏਸੀ ਲਾਇਆ ਜੀ ਰਾਣਾ ਸਾਹਿਬ? ਮਾਸ਼ਾਅੱਲਾ ਅਲਹਮਦੁਲਿਲਾ, ਆ ਵੀ ਰਾਣਾ ਸਾਹਿਬ ਆਪਣੇ ਵਾਸਤੇ ਲਿਆਦਾ ਏਸੀ ਲਾਇਆ, ਲੇਕਿਨ ਬੱਚਿਆਂ ਵਾਸਤੇ ਲਿਆਦਾ ਰੱਖਿਆ ਏਸੀ। ਅੱਛਾ, ਮਾਸ਼ਾਅੱਲਾ। ਲੋਕ ਰਾਣਾ ਸਾਹਿਬ ਲਾਲਚ ਕਰਦੇ ਨੇ ਕਿ ਯਾਰ ਸਾਨੂੰ 4 ਪੈਸੇ ਜ਼ਿਆਦਾ ਵੱਜ ਜਾਣ, ਸਰਫਾ ਕਰ ਲਈਏ, ਲੇਕਿਨ ਅਲਹਮਦੁਲਿਲਾ ਸਰਫਾ ਬਿਲਕੁਲ ਨਹੀਂ ਕਰੀਦਾ ਅਸੀਂ। ਅੱਛਾ, ਮੈਂ ਆਪਣੇ ਦੋਸਤਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਦੋਸਤ ਮੇਰੇ ਕਹਿੰਦੇ ਨੇ ਕਿ ਯਾਰ ਰੇਟ ਜ਼ਿਆਦਾ ਲੈ ਰਹੇ ਨੇ, ਇੰਝ ਲੈ ਰਹੇ ਨੇ, ਤੁਸੀਂ ਇਹ ਦੇਖੋ ਡਾਇਟ ਵੀ ਅੱਛੀ, ਫੀਡ ਵੀ ਜਿਹੜੀ ਦੇ ਰਹੇ ਨੇ ਲੋਕਲ ਫੀਡ ਨਹੀਂ ਦੇ ਰਹੇ, ਠੀਕ ਹੋ ਗਿਆ, ਕੇਟੀ ਹਾਈਫਾਈਡ ਦੇ ਨਾਲ ਬੱਚਾ ਪਾਲਦੇ ਪਏ ਨੇ, ਨੀਟ ਐਂਡ ਕਲੀਨ ਬੱਚੇ ਨੇ, ਇਹ ਸਾਰੇ ਤੁਸੀਂ ਚੈੱਕ ਕਰ ਸਕਦੇ ਹੋ। ਅਤੇ ਜ਼ਰਾ ਮੈਂ ਆਪਣੇ ਕੈਮਰਾਮੈਨ ਨੂੰ ਕਹਿੰਦਾ ਇੱਕ ਵਾਰੀ ਏਸੀ ਵੱਲ ਜ਼ਰਾ ਧਿਆਨ ਕਰਾਉਣਾ, ਅਤੇ ਉਹ ਦੇਖੋ ਜੀ ਏਸੀ ਚੱਲ ਰਿਹਾ, ਠੀਕ ਹੋ ਗਿਆ, ਏਸੀ ਇਸ ਕਰਕੇ ਚੱਲ ਰਿਹਾ ਕਿ ਤੁਹਾਡੇ ਕੋਲ ਜਿਹੜੀ ਚੀਜ਼ ਪਹੁੰਚੇ ਉਹ ਬਿਲਕੁਲ ਸਹੀ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ। ਹਾਂਜੀ, ਠੀਕ ਹੋ ਗਿਆ, ਕੋਈ ਸ਼ੱਕ ਨਹੀਂ, ਤੁਸੀਂ ਇਹ ਨਹੀਂ ਸੋਚਦੇ ਕਿ ਯਾਰ ਬੱਤੀ ਦਾ ਬਿੱਲ ਜ਼ਿਆਦਾ ਹੈ। ਰਾਣਾ ਸਾਹਿਬ ਕਦੀ ਪਰਵਾਹ ਹੀ ਨਹੀਂ ਕੀਤੀ, ਸ਼ੁਕਰ ਅਲਹਮਦੁਲਿਲਾ, ਇਹਨਾਂ ਦੀ ਸੇਫਟੀ ਕਰੇ ਦੀ ਅੱਛੇ ਤਰੀਕੇ ਨਾਲ, ਮਾਸ਼ਾਅੱਲਾ ਇਹਨਾਂ ਦੀ ਹੈਲਦੀ ਐਕਟਿਵ, ਮਾਸ਼ਾਅੱਲਾ ਇਹਨਾਂ ਨੂੰ ਦੇਖਭਾਲ ਕਰੇ ਦੀ ਇਹਨਾਂ ਦੀ, ਲੇਕਿਨ ਅੱਲਾਹ ਰਾਣਾ ਸਾਹਿਬ ਇਹਨਾਂ ਦੇ ਸਦਕੇ ਦੇ ਰਿਹਾ ਸਾਨੂੰ ਜੋ ਵੀ ਦੇ ਰਿਹਾ। ਬਿਲਕੁਲ ਬਿਲਕੁਲ, ਸਹੀ ਹੋ ਗਿਆ। ਅਤੇ ਅਬਦੁੱਲਾ ਭਾਈ, ਆਪਣਾ ਨੰਬਰ ਜ਼ਰਾ ਸ਼ੇਅਰ ਕਰੋ ਆਵਾਮ ਨੂੰ। ਜੀ ਰਾਣਾ ਸਾਹਿਬ, ਕੰਟੈਕਟ ਨੰਬਰ ਮੇਰਾ 0324-4659-480। ਲੋਕੇਸ਼ਨ ਮੇਰੀ ਲਾਹੌਰ, ਜੁੜੇ ਪੁਲ, ਕਾਰਗੋ ਆਲ ਪਾਕਿਸਤਾਨ ਅਵੇਲੇਬਲ ਹੈ। ਇਸਕੇ ਇਲਾਵਾ ਕਿਸੀ ਦੋਸਤ ਨੇ ਕੋਈ ਚੀਜ਼ ਸੇਲ ਕਰਨੀ ਹੋ, ਉਹ ਵੀ ਰਾਬਤਾ ਕਰ ਸਕਤੇ ਹੈ। ਕਿਆ ਬਾਤ ਹੈ ਜੀ, ਮਾਸ਼ਾਅੱਲਾ ਮਾਸ਼ਾਅੱਲਾ। ਨਾਜ਼ਰੀਨ, ਇਹ ਜੇ ਰੌਣਕਾਂ ਤੁਹਾਨੂੰ ਦਿਖਾਈਆਂ ਜੇ, ਅਤੇ ਮਾਸ਼ਾਅੱਲਾ ਚੀਜ਼ਾਂ ਜਿਹੜੀਆਂ ਸਾਰੀਆਂ ਤੁਹਾਡੇ ਕੋਲ ਨਜ਼ਰ ਆ ਰਹੀਆਂ ਨੇ, ਅੱਛੀਆਂ ਤੋਂ ਅੱਛੇ ਬੱਚੇ ਪਏ ਨੇ, ਅਤੇ ਸਾਰੇ ਮਾਸ਼ਾਅੱਲਾ ਏਸੀ ਦੇ ਅੰਦਰ ਰੱਖੇ ਨੇ, ਅਤੇ ਇੱਕ ਤੋਂ ਇੱਕ ਜਿਹੜਾ ਨਾ ਅੱਛਾ ਬੱਚਾ ਪਿਆ ਜੇ, ਅਤੇ ਮਾਸ਼ਾਅੱਲਾ ਤੁਸੀਂ ਸੀਨੇ ਚੈੱਕ ਕਰ ਸਕਦੇ ਹੋ, ਹੈਲਥ ਇਹਨਾਂ ਦੀ ਚੈੱਕ ਕਰ ਸਕਦੇ ਹੋ, ਅਤੇ ਮਾਸ਼ਾਅੱਲਾ ਸੈਲਫ ਦੇ ਸਾਰੇ ਹੀ ਕਰੀਬ ਨੇ। ਲੋਕਾਂ ਦੇ ਬੱਚੇ ਹੁੰਦੇ ਨੇ, ਉਹਨਾਂ ਦੀ ਜਨਾਬ ਹੱਡੀ ਨਿਕਲੀ ਹੁੰਦੀ ਹੈ, ਅਕਸਰ ਸਿਪ ਲੱਗੀ ਹੁੰਦੀ ਹੈ, ਲੇਕਿਨ ਮਾਸ਼ਾਅੱਲਾ ਇਹ ਬੱਚਾ ਫੜ ਕੇ ਤੁਸੀਂ ਚੈੱਕ ਕਰੋ, ਮਾਸ਼ਾਅੱਲਾ ਬਿਲਕੁਲ ਭਰਿਆ ਸੀਨਾ, ਚੈੱਕ ਕਰੋ ਨਾਜ਼ਰ, ਇਹ ਚੀਜ਼ ਦੇਖਣ ਵਾਲੀ ਜੇ, ਇਹ ਦੇਖੋ। ਲੇਕਿਨ ਇਨਸ਼ਾਅੱਲਾ ਇਹ ਸਾਈਜ਼ ਵੀ ਕਿਸੇ ਬੱਚੇ ਦਾ ਨਹੀਂ ਹੋਏਗਾ, ਨਾ ਤੁਸੀਂ ਦੇਖਿਆ ਹੋਗਾ, ਇਨਸ਼ਾਅੱਲਾ ਬਿਲਕੁਲ ਇਸ ਤਰ੍ਹਾਂ ਹੀ ਦੇਖੋ। ਮਾਸ਼ਾਅੱਲਾ ਜੰਬੋ ਸਾਈਜ਼ ਦੇ ਵਿੱਚ ਹੈਲਦੀ ਐਕਟਿਵ, ਚੈੱਕ ਕਰੋ ਜ਼ਰਾ ਮਾਸ਼ਾਅੱਲਾ ਸਾਈਜ਼,
ਗਰੋਥ ਚੈੱਕ ਕਰੋ ਬੱਚੇ ਦੀ ਮਾਸ਼ਾਅੱਲਾ ਮਾਸ਼ਾਅੱਲਾ ਜੀ ਬਹੁਤ ਅੱਛੇ ਜੀ। ਅਬਦੁੱਲਾ ਭਾਈ ਮਾਸ਼ਾਅੱਲਾ ਤੁਸੀਂ ਨਾਲ ਟ੍ਰੇਨਿੰਗ ਵੀ ਦਿੰਦੇ ਹੋ, ਜਿਹੜਾ ਜਿਹੜਾ ਤੁਹਾਡੇ ਕੋਲ ਖਰੀਦਦਾ ਤੁਸੀਂ ਉਹਨੂੰ ਟ੍ਰੇਨਿੰਗ ਦਿੰਦੇ ਹੋ, ਤੇ ਮਾਸ਼ਾਅੱਲਾ ਇਹ ਬਾਈਕ ਬੜਾ ਅੱਛਾ ਕੰਮ ਕਰ ਰਹੇ ਹੋ। ਤੇ ਮੇਰੇ ਵਿਊਵਰ ਦਾ ਮੇਰਾ ਆਪਣਾ ਜ਼ਾਤ ਹੀ ਇਹੋ ਹੀ ਹੈ ਕਿ ਦੇਖੋ ਇੱਕ ਬੰਦਾ ਜਦੋਂ ਚੀਜ਼ ਖਰੀਦਦਾ ਉਹ ਪੈਸੇ ਭਰ ਦਿੰਦਾ, ਤੇ ਉਸ ਤੋਂ ਬਾਅਦ ਉਹਨੂੰ ਜਿਹੜਾ ਗਾਈਡ ਹਲਕਾ ਜਿਹਾ ਕਰਦੇ ਹੋ ਤੇ ਦੁਆਵਾਂ ਹੀ ਦੁਆਵਾਂ ਨੇ ਜੀ ਜੀ ਅਲਹਮਦੁਲਿਲਾ ਕਿਉਂ ਨਹੀਂ ਇਨਸ਼ਾਅੱਲਾ ਇਨਸ਼ਾਅੱਲਾ ਅੱਛੀ ਤਰ੍ਹਾਂ ਗਾਈਡ ਕੀਤਾ ਜਾਵੇ ਕਿਉਂਕਿ ਉਹ ਜੋ ਚੀਜ਼ ਉਹ ਸੋਚਦਾ ਪਿਆ ਉਹਦੀ ਉਹ ਪੂਰੀ ਹੋਈ ਹੈ ਸਾਡੇ ਚੈਨਲ ਵੇਖਦਾ ਸਾਰਾ ਕੁਝ ਦੇਦਾ ਮਾਲੂਮਾਤ ਵਾਸਤੇ ਜੀ ਜੀ ਠੀਕ ਹੈ। ਤੇ ਮਾਸ਼ਾਅੱਲਾ ਬਹੁਤ ਅੱਛਾ ਕੰਮ ਕਰ ਰਹੇ ਹੋ, ਅੱਲਾਹ ਤਾਲਾ ਤੁਹਾਨੂੰ ਹੋਰ ਮਜ਼ੀਦ ਤਰੱਕੀਆਂ ਦੇਵੇ ਆਮੀਨ ਇਨਸ਼ਾਅੱਲਾ। ਤੁਹਾਡੇ ਨਜ਼ਰ ਅਬਦੁੱਲਾ ਭਾਈ ਨੇ ਮਾਰਕੀਟ ਦੇ ਅੰਦਰ ਇਸ ਟਾਈਮ ਜਿਹੜਾ ਜਿਹੜਾ ਕੰਮ ਕੀਤਾ ਹੈ ਨਾ ਬਹੁਤ ਅੱਛਾ ਕੰਮ ਕੀਤਾ ਜੇ, ਤੇ ਬੜਾ ਅੱਛਾ ਬੱਚਾ ਦਿੱਤਾ ਜੇ, ਇੰਨਾ ਜ਼ਬਰਦਸਤ ਮਕਾਓ ਦਾ ਪਹਿਲਾ ਬੱਚਾ ਮਾਰਕੀਟ ਦੇ ਅੰਦਰ ਅਬਦੁੱਲਾ ਭਾਈ ਲੈ ਕੇ ਆਇਆ ਸੀ। ਅਲਹਮਦੁਲਿਲਾ ਅਬਦੁੱਲਾ ਭਾਈ ਕਿੰਨੇ ਬੱਚੇ ਇਸ ਸੀਜ਼ਨ 'ਚ ਸੇਲ ਕੀਤੇ ਜੇ? ਰਾਣ ਸਾਹਿਬ ਕਮ ਸੇ ਕਮ ਮਾਸ਼ਾਅੱਲਾ 5 ਪੀਸ ਮੈਂ ਸੇਲ ਕਰ ਚੁੱਕਿਆ ਵਾਂ, ਮਾਸ਼ਾਅੱਲਾ 6ਵਾਂ ਪੀਸ ਇਹ ਵਾਲਾ ਤਿਆਰ ਜੇ, 6ਵਾਂ ਤਿਆਰ ਜੇ। ਤੇ ਮੇਰਾ ਕੋਈ ਦੋਸਤ ਅਗਰ ਲੈਣਾ ਚਾਹੁੰਦਾ ਤੇ ਪੈਸੇ ਅਗਰ ਐਡਵਾਂਸ ਕਿਉਂ ਕਹਿੰਦੇ ਹੁੰਦੇ ਨੇ ਤਾਂ ਤੁਸੀਂ ਬੇਫਿਕਰ ਹੋ ਕੇ, ਮੇਰੀ ਗਰੰਟੀ ਹੈ ਹਰ ਤਰ੍ਹਾਂ ਦੀ, ਤੁਸੀਂ ਬੇਫਿਕਰ ਹੋ ਕੇ ਇਹਨਾਂ ਨੂੰ ਪੈਸੇ ਭੇਜ ਸਕਦੇ ਹੋ, ਤੁਹਾਨੂੰ ਚੀਜ਼ ਅੱਛੀ ਤੁਹਾਡੇ ਘਰ ਸੇਫਲੀ ਪਹੁੰਚ ਜਾਏਗੀ। ਇਹ ਜ਼ਿੰਮੇਦਾਰੀ ਹੁੰਦੀ ਹੈ ਇਹਨਾਂ ਦੀ ਕਾਰਗੋ ਤੱਕ ਦੀ ਕਿ ਤੁਹਾਡੇ ਘਰ ਚੀਜ਼ ਅੱਛੇ ਤਰੀਕੇ ਦੇ ਨਾਲ ਪਹੁੰਚੇ। ਡਾਕਟਰ ਸਾਹਿਬ ਮਾਸ਼ਾਅੱਲਾ ਇਸ ਸੀਜ਼ਨ ਦੇ ਵਿੱਚ ਮੇਰੇ ਕੋਲ ਅਫਰੀਕਨ ਗ੍ਰੇ ਦੇ 20 ਬੱਚੇ ਦੀ ਐਡਵਾਂਸ ਬੁਕਿੰਗ ਆਈ ਸੀ ਮੇਰੇ ਕੋਲ ਮਾਸ਼ਾਅੱਲਾ ਮਾਸ਼ਾਅੱਲਾ ਬਹੁਤ ਤੋਂ ਅਲਹਮਦੁਲਿਲਾ 20 ਬੁਕਿੰਗ ਮੈਂ ਇਨਸ਼ਾਅੱਲਾ ਕਲੀਅਰ ਕਰ ਚੁੱਕਿਆ ਅਲਹਮਦੁਲਿਲਾ ਇਸ ਟਾਈਮ ਮਾਸ਼ਾਅੱਲਾ ਜੀ ਮਾਸ਼ਾਅੱਲਾ ਬਹੁਤ ਜ਼ਬਰਦਸਤ ਪਹਿਲੀ ਬੁਕਿੰਗ ਮੇਰੀ ਕਲੀਅਰ ਹੋ ਗਈ ਮਾਸ਼ਾਅੱਲਾ ਮਾਸ਼ਾਅੱਲਾ ਜੀ ਜ਼ਬਰਦਸਤ ਹੋ ਗਿਆ। ਤੇ ਨਾਜ਼ਰੀਨ ਇਹਦੇ ਨਾਲ ਹੀ ਆਪਣੇ ਹੋਸਟ ਰਣਜਮੀਲ ਨੂੰ ਇਜਾਜ਼ਤ ਦਿਓ ਤੇ ਨੈਕਸਟ ਵੀਡੀਓ ਦਾ ਇੰਤਜ਼ਾਰ ਕਰੋ, ਸਾਡੇ ਚੈਨਲ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ। ਪਾਕਿਸਤਾਨ ਜ਼ਿੰਦਾਬਾਦ।